मतलब 10,000 सब्सक्राइबर कनू तू थी गिन, जो के 10,300 10,000 सब्सक्राइबर कोई आम गाल कह नहीं। ते बाकी संगत ए मैं तो कोई खावण जादम किथे यार, हां किथे ਜੂਮ ਕਰਾਂ ਸਰ ਸੰਗਤ ਮੈਂ ਤਾਂ ਕੋਈ ਇਹੋ ਸ਼ਾਇਦ ਦਿਖਾਉਣ ਚਾਹਨਾ ਜਿਵੇਂ ਕਿ ਤੁਸੀਂ ਦੇ ਪਿਓ ਤੇ ਮੇਰੇ ਚੂਚੀ ਹੈ ਕਿ ਤੂੰ ਹੀ ਬਣਾ ਤੇ ਇਹਦੇ ਵਾਲਾ ਨਰ ਬਹਦੇ ਥਮਾ ਦੀ ਵਾਲਾ ਇਥਾਂ ਘਰ ਵਾਲਾ ਤੱਲੇ ਲਾ ਥਾਂਦੇ। ਅੱਛਾ ਹਾਂ ਅਸਲਾਮ ਅਲੈਕੁਮ, ਕੀ ਹਾਲ ਨੇ ਦੋਸਤੋ, ਠੀਕ ਹੋ ਫਿਰ ਤੁਸੀਂ? ਠੀਕ ਹੈ ਦੋਸਤੋ, ਮੈਂ ਤੁਹਾਡਾ ਆਪਣਾ ਸਾਜਿਦ ਬਲੋਚ ਤੇ ਤੁਸੀਂ ਨੇ ਤੇ ਮੇਰੇ ਯੂਟਿਊਬ ਚੈਨਲ ਬਲੋਚ ਦਾਦਾ। ਉਮੀਦ ਕਰਨਾ ਸਾਰੀ ਸੰਗਤ ਠੀਕ ਹੋ, ਤੁਸੀਂ ਖੁਸ਼ ਹੋ ਸੰਗਤ, ਮੈਂ ਵੀ ਠੀਕ ਹਾਂ, ਖੁਸ਼ ਹਾਂ। ਤੁਹਾਡੀ ਦੁਆਰਾ ਲਾਜ ਦਾ ਵਲੋਗ ਕਰਨ ਬੈਸਟ ਸਟਾਰ ਤੇ ਸੰਗਤ, ਅਗਰ ਚੈਨਲ ਤੇ ਨਵੇਂ ਤੇ ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕਰੋ, ਵੀਡੀਓ ਕੋ ਲਾਈਕ ਕਮੈਂਟ ਸ਼ੇਅਰ ਕਰੋ, ਸਾਰੀ ਜਿਆਦਾ ਫੋਲੋ ਮਤ ਦੋ ਨੀਓ। ਤੁਹਾਡੀ ਜ਼ਿੰਦਗੀ ਦੀ ਫੁੱਲ ਖੈਰ ਹੋਏ, ਖੁਸ਼ ਰਹੋ ਤੇ ਆਬਾਦ ਰਹੋ ਤੇ ਸਾਜ ਰਹੋ ਸੰਗਤ। ਅੱਜ ਵਲੋਗ ਤੁਹਾਡੇ ਨਾਲ ਜ਼ਬਰਦਸਤੀ ਤੇ ਵੀ ਮਾਹੌਲ ਤੇ ਬਾਕੀ ਸੰਗਤ ਦਾ ਮਾਹੌਲ ਚੈੱਕ ਕਰਦੇ, ਮਸਾਲਾ ਵੀ ਮਾਹੌਲ ਤੇ ਸ਼ਾਮ ਦਾ ਟਾਈਮ ਨਹੀਂ ਵਾਸਤੇ ਤੇ ਤੋ ਕੋ ਟਾਈਮ ਡੇਟ ਵਗੈਰਾ ਦੱਸਾ ਦੇ ਮੈਂ ਤੇ ਦਿਖਾ ਦੇਣਾ ਯਾਰ, ਇਹ ਤੁਸੀਂ ਚੈੱਕ ਕਰ ਸਕਦੇ ਸੰਗਤ। 4:45 ਟਿਊਜ਼ਡੇ 28 ਮਾਰਚ 2024 ਮਾਸ਼ਾਅੱਲਾ। ਬਾਕੀ ਵੀ ਆਪੀ ਮਾਹੌਲ ਬਣਿਆ ਪਿਆ ਤੇ ਮਤਲਬ ਝੋੜ ਵਗੈਰਾ ਥਿਆ ਪਿਆ ਤੇ ਡਰ ਲੱਗਦਾ ਪਿਆ ਤੇ ਯਾਰ ਸਰ ਕਣੇ ਪੱਕੇ ਪਏ ਨਹੀਂ ਵਾਸਤੇ ਤੇ ਹੁਣ ਖਤਮ ਸੀਗੇ ਮਾਸ਼ਾਅੱਲਾ, ਕਲੀਅਰ ਸੀਗੇ ਮੌਸਮ ਤੇ ਵੀ ਆਪੀ ਮਾਹੌਲ ਬਣਿਆ ਪਿਆ ਸੰਗਤ। ਤੇ ਬਾਕੀ ਸੰਗਤ ਅੱਜ ਮੈਂ ਬਹੁਤ ਹੀ ਜ਼ਿਆਦਾ ਖੁਸ਼ ਹਾਂ, ਜੋ ਕਿ ਬਹੁਤ ਹੀ ਜ਼ਿਆਦਾ ਖੁਸ਼ ਹਾਂ। ਉਹ ਕਿਉਂ ਖੁਸ਼ ਹਾਂ ਮੈਂ ਤਾਂ ਕੋ ਪਤਾ ਹੈ ਤੇ ਤੁਸੀਂ ਮੈਨੂੰ ਇਤਨਾ ਖੁਸ਼ ਕੀਤੇ, ਕਸਮ ਖੁਦਾ ਦੀ ਮੈਂ ਕਿਆ ਕਰਾਂ ਤੇ ਤੋ ਕਿਆ ਦੱਸਾ ਸਕਦਾ ਸੰਗਤ। ਮੈਂ ਅੱਜ ਇਤਨਾ ਖੁਸ਼ ਹਾਂ ਜੋ ਕਿ ਸੰਗਤ ਨੂੰ ਮੈਂ ਖੁਸ਼ੀ ਦਾ ਆਪਣਾ ਇਜ਼ਹਾਰ ਕਰਾ ਦਿੰਦਾ, ਮੈਂ ਕਿ ਆਪਣੇ ਸੰਗਤ ਨੂੰ ਖੁਸ਼ੀ ਦਾ ਇਜ਼ਹਾਰ ਕਰੂੰ ਆਪਣਾ, ਜੋ ਕਿ ਮੇਰੇ ਕੋਲ ਇਤਨਾ ਖੁਸ਼ ਕੀਤੇ ਨੇ ਤੇ ਹੁਣ ਕੂੰ ਖੁਸ਼ੀ ਦਾ ਸਾਂ ਇਜ਼ਹਾਰ ਕਰ ਸੂੰ, ਅੱਜ ਕਰ ਸੂੰ, ਲਾਜ਼ਮੀ ਕਰ ਸੂੰ। ਬਾਕੀ ਸੰਗਤ ਤੁਹਾਡੇ ਸਾਰੇ ਅਸਾਂ ਕਿਉਂ ਖੁਸ਼ ਹਾਂ, ਤੁਹਾਨੂੰ ਸ਼ਾਇਦ ਪਤਾ ਹੋ ਸੀ ਅੱਜ ਮੈਂ ਕਿਉਂ ਖੁਸ਼ ਹਾਂ ਇਹਦੇ ਨਾਲ, ਲੇਕਿਨ ਵਲਾ ਵੀ ਮੈਂ ਦੱਸਾ ਦਿੰਦਾ ਤੁਹਾਨੂੰ ਕਿ ਮੈਂ ਕਿਉਂ ਖੁਸ਼ ਹਾਂ। ਸੰਗਤ ਅੱਜ ਮੈਂ ਹੀ ਵਾਸਤੇ ਖੁਸ਼ ਹਾਂ, ਤੁਹਾਨੂੰ ਪਤਾ ਹੈ ਮੇਰੇ ਯੂਟਿਊਬ ਚੈਨਲ ਤੇ ਮਤਲਬ 10,000 ਸਬਸਕ੍ਰਾਈਬਰ ਕਨੂ ਤੂੰ ਥੀ ਗਿਨ, ਜੋ ਕਿ 10,300 10,000 ਸਬਸਕ੍ਰਾਈਬਰ ਕੋਈ ਆਮ ਗਾਲ ਕਹਿ ਨਹੀਂ। ਬਾਕੀ ਸੰਗਤ ਦੇ ਚਾਚਾ ਹੁਣੀ ਆਏ ਤੇ ਮੇਰੇ ਭੈਣ ਜੀ ਕੁਝ ਆਈ ਵਧਣ, ਕੀ ਹਾਲ ਹਨ? ਅਲਹਮਦੁਲਿਲਾ ਦੋ ਜਣ ਤੇ ਅੱਲਾ ਦਾ ਸ਼ੁਕਰ ਹੈ, ਕਿੱਥਾ ਵਧਾ ਹਮੇ ਰੋਡ ਤੇ ਵਧਾ ਹਮ ਤੇ ਵਾਲਾ ਆ ਵੀਡੀਓ ਬਣਾ ਦੇ ਵਧਾ ਮੀ ਤੇ ਵਾਲਾ ਫਨੀ ਵੀਡੀਓ ਬਣਾਉਂ, ਕੀ ਕਰੂੰ ਸੁੱਚੇ ਸੂ ਫਨੀ ਵੀਡੀਓ ਮੈਂ ਕਹਿੰਦੀ ਮੈਂ ਦਾ ਸੋਚਣਾ ਬੰਦੇ ਇੱਕ ਦੂਜਾ ਸੰਗਤ ਕਮੈਂਟ ਕੀਤੀ ਪਿਆਨ ਕੇ ਫਨੀ ਵੀਡੀਓ ਬਣਾ, ਅਸਾਂ ਇੱਕ ਦਫਾ ਫਨੀ ਵੀਡੀਓ ਬਣਾਇਆ ਤੇ ਸੰਗਤ ਨੂੰ ਢੇਰ ਸਾਰਾ ਪਸੰਦ ਆ ਗਏ। ਸੋਚਣਾ ਪੋ ਸਹੀ ਹੈ ਤਾਂ ਦਸ ਫਨੀ ਨਹੀਂ ਬਣਦੇ। ਅੱਛਾ ਇੱਕ ਦੂਜਾ ਦੇ ਬਣਾਵਣ ਤੇ ਲੱਗ ਪੈਂਦੇ ਨੇ, ਤੂੰ ਕਿਸ ਦੇ ਉਮਰ ਦੇ ਵੀਡੀਓ ਦੇਖ ਵਾਲਾ ਹੁੰਦੇ ਮੁਤਾਬਕ ਬਣਾ, ਕਾਪੀ ਥੀ ਵੇਦੇ ਨਾ ਆਪਣਾ ਕੋਈ ਤੂੰ ਵਾਲਾ ਹੁੰਦੇ ਮਤਲਬ ਮੁਤਾਬਕ ਬਣਾ, ਕੋਈ ਕਾਪੀ ਨਾ ਹੋਵੇ ਨਾ ਉਹ ਚੈੱਕ ਕਰ। ਸੋਚ ਹੀ ਸਹੀ ਉਹ ਤੇਰੇ ਜ਼ਿੰਮੇ, ਮੈਂ ਆਪਣਾ ਵਲੌਗ ਦਾ ਸੋਚਿਆ ਤੂੰ ਆਪਣਾ ਫਨੀ ਦਾ ਸੋਚੀ, ਠੀਕ ਹੈ? ਅੱਛਾ ਮਮਾ ਇੰਗੋ ਬਿਆ ਬੇਟੂ, ਤੋ ਚੈਨਲ ਕੋ ਸਬਸਕ੍ਰਾਈਬ ਕਰੋ, ਚੈਨਲ ਕੋ ਸਬਸਕ੍ਰਾਈਬ ਕਰੋ, ਕੁਛ ਟਕਲਾ ਇਹ ਸੰਗਤ ਮਿੱਟੀ ਜ਼ਿਆਦਾ ਕੰਮ ਤੇ ਮਿੱਟੀ ਖੰਮ ਦਾ ਵਧਣਾ ਹੀ ਵਾਸਤੇ ਚਾਹਦਾ ਪਕੜੀ ਦੇ। ਹਾਂ ਓਏ ਬਿਲਾਲ ਤੁੱਤਾ ਸਾ ਕੁਛ ਤਾਂ ਬਿਲਾਲ ਤੁੱਤਾ ਤੇ ਸੰਗਤ ਬਿਲਾਲ ਇਹਨੇ ਪਿਓ ਦਾ ਨਾ ਤੇ ਹੀ ਬੈਠ ਤੇ ਯਾਰ ਉਹ ਵੀਡੀਓ ਦੇਖ ਤੇ ਖਿਲ ਕੇ ਕਮੈਂਟ ਕਰੀ, ਇਵੇਂ ਕਮੈਂਟ ਨਾ ਕਰੀ ਸੀ ਤੇ ਅਸਾਂ ਮਤਲਬ ਬਾਟ ਮਜ਼ਾਕ ਵਾਸਤੇ ਕਹਾ ਦੂੰ ਤੂੰ ਬਿਲਾਲ ਤੁੱਤਾ, ਮਤਲਬ ਬਿਲਾਲ ਕੁੱਤਾ ਤੋ ਕੁ ਸਮਝ ਆਉਂਦਾ ਪਿਆ ਉਸੇ ਤੇ ਹੀ ਵਾਸਤੇ ਬਾਟ ਮਜ਼ਾਕ ਕਰ ਦਿੰਦਾ ਬਿਲਾਲ ਕੁੱਤਾ ਇੱਥੇ ਚੈੱਕ ਕੀਤਾ ਉਸੇ ਪਿਆਰਾ ਜਿਹਾ ਬਣ ਗਿਆ ਮੇਰਾ। ਤੇ ਬਾਕੀ ਸੰਗਤ ਮੈਂ ਹੁਣ ਕਿਆ ਕਰਾਂ ਯਾਰ, ਸਮਝ ਕਿਸੇ ਨਹੀਂ ਆਉਂਦਾ, ਸਿਰਫ ਵਲੌਗ ਬਣਾਉਂਦਾ ਵਧਾਂ ਤੇ ਕਾਫੀ ਡਿਮਾਂਡ ਥੀ ਗਈਆਂ ਤੇ ਮੈਂ ਵਲੌਗ ਵੀਡੀਓ ਬਣਾਇਆ ਕਿ ਨਹੀਂ ਤੇ ਹੀ ਵਾਸਤੇ ਅੱਜ ਸੋਚ ਮੈਂ ਯਾਰ ਵਲੌਗ ਵੀਡੀਓ ਬਣਾ ਕੇ ਨਾ ਤੇ ਸੋਚਦਾ ਵਧਾਂ ਬਣਾਵਾਂ ਤਾਂ ਕਿਆ ਬਣਾਵਾਂ ਤੇ ਹੀ ਦੇ ਭਾਈ ਦੇ ਕਮਾਲ ਦੇਖੋ ਯਾਰ ਦੂਰ ਕੀਤੇ ਮੈਨੂੰ ਸਾਰਾ ਕੁਝ, ਅਗਰ ਮੈਂ ਹੂੰ ਰੋਡ ਤੇ ਹੋਵਾਂ ਤਾਂ ਹੀ ਕੋ ਨਿਬੜਾ ਹਾਂ ਮੈਂ ਯਾਰ, ਵਿਆਹ ਮੇਰੇ ਕੋ ਪਤਾ ਕਹਿ ਨਹੀਂ ਇਹ ਹੁੰਦੇ ਵਿਲੇਜ ਵਲੌਗ ਤੇ ਇੱਥਾਂ ਨਾ ਢੇਰ ਸਾਰਾ ਮੁਸ਼ਕਲ ਵਲੌਗ ਬਣਦੇ ਨੇ, ਵੀਡੀਓ ਬਣਦੇ ਨੇ ਤੇ ਢੇਰ ਸਾਰਾ ਮੁਸ਼ਕਲ
ਤੇ ਇਨਸਾਨ ਮੰਨੇ ਕਿਥੇ ਸਕੂਨ ਹੋਵੇ ਤੇ ਪੁਰਸਕੂਨ ਹੋਵੇ ਉੱਥੇ ਹੀ ਮੰਨ ਤੇ ਵਲੌਗ ਵੀਡੀਓ ਬਣਾਵੇ। ਲੇਕਿਨ ਇੱਥਾਂ ਇੱਥਾਂ ਮਤਲਬ ਮੈਂ ਰੋਡ 'ਤੇ ਜਿਵੇਂ ਵਧਣ ਇਹ ਫਿਰ ਮੋਟਰਸਾਈਕਲ ਵਗੈਰਾ ਜਿਵੇਂ ਕਿ ਇਹ ਵੇਂਦਾ ਪਿਆ ਅਤੇ ਅਸਾਂ ਕਿੱਡੇ ਵੰਨੇ ਤੁਸੀਂ ਆਪਸ ਯਾਰ ਹਰ ਮਤਲਬ ਸਕਿੰਟ 'ਤੇ ਮੋਟਰਸਾਈਕਲ ਆਉਂਦੇ ਵੇਂਦੇ ਅਤੇ ਕਿੱਡੇ ਵੰਨੇ ਯਾਰ ਤੁਸੀਂ ਸੋਚੋ ਆਪ ਸੋਚੋ ਇਹ ਸੋਚ ਚੈੱਕ ਕਰ ਸਕਦੋ ਅਤੇ ਬਾਕੀ ਸੰਗਤ ਇਹ ਮੈਂ ਤਾਂ ਕੋਈ ਖਾਵਣ ਚਾਹੁੰਦਾ ਕਿੱਥੇ ਯਾਰ ਹਾਂ ਕਿੱਥੇ ਯਾਰ ਇੱਕ ਮਿੰਟ ਚੀੜੀ ਦਾ ਘਰ ਜਿਵੇਂ ਕਿਸੇ ਦੇ ਅਸੀਂ ਕੋਈ ਪਤਾ ਨਹੀਂ ਕਿਆ ਦੇਣਾ ਅਸਾਂ ਨਹੀਂ ਕੋਈ ਬਲੋਚਕੀ ਦੇ ਵਿੱਚ ਗਾਲੜਾ ਸਾਡੇ ਨੂੰ ਗਾਲੜਾ ਅਤੇ ਅਸੀਂ ਮਤਲਬ ਅਸੀਂ ਪਰਿੰਦੇ ਦਾ ਕਿਆ ਮਕਸਦ ਅਤੇ ਇਹ ਇਵੇਂ ਬਣਦੇ ਨਾ ਮਤਲਬ ਤਲੂੰ ਕਨੂੰ ਵੇਂਦੇ ਅਤੇ ਉੱਤੋਂ ਅੰਤੇ ਬਹਿ ਜਾਂਦੇ ਅਤੇ ਅਸੀਂ ਦਾ ਮਤਲਬ ਗਾਲੜਾ ਤੁਸੀਂ ਜਾਣ ਦਿਓ ਤੁਸੀਂ ਮੇਰੇ ਕੋਲ ਕਮੈਂਟ ਕਰ ਦਿਓ ਲਾਜ਼ਮੀ ਮੈਂ ਕਮੈਂਟ ਦਾ ਵੇਟ ਕਰਸਾਂ ਅਤੇ ਮੈਂ ਕਿਹਾ ਆਪਣੇ ਸੰਗਤ ਕੋਲ ਸਾਰੇ ਮੈਂ ਯਾਰ ਕਿਆ ਹੈ ਕਿਆ ਚੀਜ਼ ਹੈ ਸਮਝ ਕਹਿਣੀ ਆਉਂਦਾ ਹੱਕ ਮੇਰੇ ਕੋਲ ਤਾਂ ਅਸੀਂ ਦਾ ਸਮਝ ਆਇਆ ਹੀ ਕਹਿਣੀ ਖੁਦ ਕਹਿਣੀ ਹੈ ਆ ਯਾਰ ਕਿਆ ਚੀਜ਼ ਅਤੇ ਇਵੇਂ ਵੇਂਦੇ ਅਤੇ ਇੱਥੇ ਬੰਨ੍ਹਦੇ ਅਤੇ ਅੰਡੇ ਕਿੱਥੋਂ ਲੈਂਦੇ ਮੇਰੇ ਕੋਲ ਇਹੋ ਸਮਝ ਕਹਿ ਨਹੀਂ ਆਉਂਦਾ ਯਾਰ ਇਹ ਤਾਂ ਉਹ ਗੱਲ ਹੈ ਤਾਂ ਇਹੋ ਹੋਇਆ ਤਲੂ ਦਾ ਮੈਂ ਤਾਂ ਕੋ ਦੱਸਿੰਦਾ ਚੁੱਪ ਰਹੋ ਨੰਬਰ ਤੇ ਯਾਰ ਮੂੰਹ ਦਾ ਤਲੂ ਵੇ ਅੰਡਾ ਲੈ ਤੇ ਤਲੂ ਡੇ ਸੀ ਨਾ ਉਤੋਂ ਹੋ ਗਿਆ ਬੀ ਗਾਰ ਉਤੋਂ ਨੂੰ ਬਹਿ ਨਾ ਠੀਕ ਨਹੀਂ ਯਾਰ ਇਹ ਦੇਖਾ ਇਹ ਤੂੰ ਹੀ ਬਣਾ ਤੇ ਇਹਦੇ ਵਾਲਾ ਨਰ ਬਹਦੇ ਥਮਾ ਦੀ ਵਾਲਾ ਇਥਾਂ ਘਰੇ ਵਾਲਾ ਤਲੇ ਲਾ ਥਾਂਦੇ ਅੱਛਾ ਹਾਂ ਗੱਲ ਕੋ ਸਮਝ ਵੇ ਲੋੜ ਨਾ ਮਾਰ ਮੇ ਬਾਕੀ ਸੰਗਤ ਤੋਂ ਕੋ ਪਤਾ ਨਹੀਂ ਬਸ ਮੇ ਕੋ ਕਮੈਂਟ ਲਾਜ਼ਮੀ ਕਰ ਸੋ ਹੀ ਚੀੜੀ ਦੇ ਨਾਂ ਕਿਹਾ ਤੋ ਕੋ ਪਤਾ ਹੈ ਹੀ ਚੀੜੀ ਦਾ ਨਾਂ ਹੈ ਚੀੜੀ ਕਪਾਹ ਵਗੈਰਾ ਰਹਿੰਦੇ ਪਿੰਡ ਜੋ ਕਿ ਇੱਥੇ ਮਤਲਬ ਸਰਮ ਆ ਜਿਹੜਾ ਮਤਲਬ ਸਰਮ ਰਹੇ ਨਾ ਹੂੰ ਬਾਅਦ ਸਰਮ ਕਟਵਾ ਤੇ ਨਾ ਬਾਅਦ ਮਤਲਬ ਕਪਾਹ ਰਹਾ ਸਟੇ ਜੋ ਕਿ ਮਾਸ਼ਾਲਾ ਮਾਸ਼ਾਲਾ ਤੇ ਸੰਗਤ 2024 ਸਾਲ ਦਾ ਕਿਆ ਫਾਇਦਾ ਤੁਹਾਨੂੰ ਪਤਾ ਹੈ ਜਿਹੜਾ ਮਤਲਬ ਇਨਸਾਨ ਸਰਮ ਰਹੇ ਨਾ ਹੂੰ ਦਾ ਮਤਲਬ ਸਰਮ ਕਟਵਾ ਤੇ ਨਾ ਜਿਹੜਾ ਕਪਾਹ ਰਹੇ ਕਪਾਹ ਕਿੱਥੇ ਵੀ ਕਹਿਣੀ ਚੁੱਕਿਆ ਸਾਰੀ ਜਦ ਕਪਾਹ ਰਾਧਾ ਹੈ ਅਤੇ ਮੋਹਰੇ ਆਏ ਪਿਆ ਮੇਰੇ ਕੋਲ ਪਤਾ ਕਹਿਣੀ ਕਪਾਹ ਸਹੀ ਸਹੀ ਮਤਲਬ ਮਾਸ਼ਾਲਾ ਵੀ ਵੀ ਮਾਹੌਲ ਹੁਣ ਇਹਦਾ ਬਣ ਗਏ ਅਤੇ ਤੁਸੀਂ ਚੈੱਕ ਕਰ ਸਕਦੇ ਹੋ ਬੀਜ ਲੈ ਜੇ ਸੰਗਤ ਅਤੇ ਅਸਾਂ ਢੇਰ ਸਾਰਾ ਪਰੂ ਆ ਗਏ ਅਤੇ ਇੱਥੇ ਘਰ ਹਨ ਅਤੇ ਅਸਾਂ ਵਾਲਾ ਵੱਲੀ ਵੇਂਦੇ ਹਾਂ ਉਡੀ ਅਤੇ ਇਹ ਕਣਕ ਮਾਸ਼ਾਲਾ ਹਰ ਜਹਾਂ 'ਤੇ ਸੰਗਤ ਕਣਕ ਪੱਕਿਆ ਖੜ੍ਹੇ ਅਤੇ ਹਰ ਜਹਾਂ 'ਤੇ ਮਾਸ਼ਾਲਾ ਸਾਡਾ ਤਾਂ ਹੁਣ ਕੱਟੀ ਵੀ ਗਏ ਨਾ ਸਭ ਕੁਝ ਕਹੇ ਸੀ ਜਿਵੇਂ ਕਿ ਅਸਾਂ ਵੀਡੀਓ ਬਣਾਇਆ ਸੀ ਤਾਂ ਕੁੜੀ ਕਹਿ ਸੀ ਅਤੇ ਅਸੀਂ ਕੁਛ ਸ਼ਾਇਦ ਕੱਲ੍ਹ ਕੰਪੈਨ ਵਗੈਰਾ ਜਿਵੇਂ ਕਿ ਮਸ਼ੀਨ ਵਗੈਰਾ ਹੁੰਦੇ ਨੇ ਅਸੀਂ ਘੁੰਮ ਰਹੇ ਸਨ ਅਤੇ ਅਸੀਂ ਦਾ ਇੰਤਜ਼ਾਰ ਹੈ ਸਾਕੂ ਵੀ ਇਹਨੂੰ ਵੀ ਅਤੇ ਯਾਰ ਕਲੀਅਰ ਥੀ ਵਜੇ ਅਤੇ ਪਾਣੀ ਆਵੇ ਨਹਿਰ ਕੋ ਅਤੇ ਅਸਾਂ ਪਾਣੀ ਦੇਵੂੰ ਜੇਰ ਲਈ ਸਾਰਾ ਕੁਝ ਕਲੀਅਰ ਥੀ ਵੇਂਦੇ ਵਲਾਬ ਪਾਣੀ ਆਉਂਦੇ ਸੰਗਾ ਤੋ ਕੋ ਪਤਾ ਹੋਵੇ ਅਤੇ ਉਦੋਂ ਕੋਲ ਆਰਡਰ ਕਰਨਾ ਪਾਉਂਦੇ ਅਤੇ ਅਸੀਂ ਵਾਸਤੇ ਵਲਾਬ ਪਾਣੀ ਆਉਂਦੇ ਅਤੇ ਅਸੀਂ ਦਾ ਪਾਣੀ ਦਾ ਇੰਤਜ਼ਾਰ ਹੈ ਜੇ ਸਿਊ ਪਾਣੀ ਲੱਗ ਗਿਆ ਨਾ ਤੋ ਕੋ ਪਤਾ ਸਿਊ ਪਾਣੀ ਦਾ ਵਿਆਹ ਮਜ਼ਾ ਆਉਂਦੇ ਇਹ ਤੋ ਕੋ ਪਤਾ ਸੀ ਵਿਲੇਜ ਦਾ ਮਤਲਬ ਕਿਆ ਹੈ ਅਤੇ ਵਲੌਗ ਦਾ ਮਤਲਬ ਕਿਆ ਹੈ ਬਾਕੀ ਸਾਰੇ ਸੰਗਤ ਕੋ ਪਤਾ ਸੰਗਤ ਤੁਹਾਡੇ ਨਿਆਜ਼ ਹੁੰਦੇ ਸੰਗਤ ਅਤੇ ਮੈਂ ਤੋ ਕੋ ਦਿਖਾਉਣਾ ਚਾਹੁੰਦਾ ਹਾਂ ਅੱਜ ਦੇ ਵਲੌਗ ਦੇ ਵਿੱਚ ਮੈਂ ਕਿ ਯਾਰ ਮੈਂ ਉਹ ਬੋਰਡ ਲਵਾਵਾਂ ਬੋਰਡ ਦੇ ਵਿੱਚ ਕਿਆ ਲਿਖਵਾਵਾਂ ਲਿਖਾਵਣ ਦਾ ਯਾਰ ਮੇਰੇ ਕੋਲ ਸਮਝ ਕੇ ਨਹੀਂ ਆਉਂਦਾ ਪਿਆ ਕੋਈ ਇਹਦੇ ਕਿਆ ਲਿਖਵਾ ਕੋਈ ਇਹਦੇ ਕਿਆ ਲਿਖਵਾ ਯਾਰ ਮੇਰੇ ਕੋਲ ਸਮਝ ਫੁੱਲ ਕਹਿ ਨਹੀਂ ਆਉਂਦਾ ਪਿਆ ਅਤੇ ਇਹਦੇ ਬਾਰੇ ਮੇਰੇ ਕੋਲ ਸੋਚਣਾ ਪੋਸੀ ਅਤੇ ਤੁਸੀਂ ਕਮੈਂਟ ਕਰੇ ਸੋ ਅਤੇ ਮੇਰੇ ਵਾਸਤੇ ਢੇਰ ਸਾਰਾ ਮੁਸ਼ਕਿਲ ਮੇਰਾ ਆਸਾਨ ਥੀ ਵੀ ਸੀ ਅਤੇ ਮੇਰੇ ਦੋਸਤ ਕੋਲ ਜਾਏ ਵੇ ਦਿਨ ਮੈਂ ਹੁਣੇ ਕਰੀ ਮਿਲ ਗਈ ਦਿਨ ਮੀ ਅਤੇ ਗੱਪ ਸ਼ੱਪ ਕੀਤੇ ਮੈਂ ਤਾਂ ਵਲਾ ਵਾਲਾ ਆਇਆ ਮੈਂ ਰੋਡ 'ਤੇ ਮੈਂ ਕਿਹਾ ਯਾਰ ਵੀਡੀਓ ਵਗੈਰਾ ਵਲੌਗ ਵਗੈਰਾ ਬੜਾ ਕਿ ਨਹੀਂ ਕੋਈ ਐਨ ਕਰ ਗਏ ਬਾਕੀ ਤਾਂ ਬਾਕੀ ਬਾਅਦ ਦਾ ਮਸਲਾ ਹੈ ਅਤੇ ਅਸੀਂ ਵਾਸਤੇ ਅਸੀਂ ਇੱਥੇ ਵਧੇ ਹੱਸੇ ਬਾਕੀ ਸੰਗਤ ਮਾਹੌਲ ਵੀ ਇਹ ਵੀ ਮਾਸ਼ਾਲਾ ਬਣਿਆ ਖੜ੍ਹੇ ਤੋ ਕੁ ਮੈਂ ਯਾਰ ਕਿਆ ਦੱਸਾਂ ਵਾਂ